ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਆਪਣੀ ਇੰਡੀਅਨ ਅੰਬੈਸੀ PCC ਦੇ ਉੱਤੇ ਆ, ਦੂਸਰੀ ਆਪਣੀ ਜੂਨਤੇ ਦੇ ਉੱਤੇ ਆ ਕਿ ਪੁਰਤਗਾਲ ਦੇ ਜੂਨਤੇ ਦੇ ਉੱਤੇ ਤੇ PCC ਦੇ ਉੱਤੇ ਕਿੱਦਾਂ ਠੱਗੀਆਂ ਹੋ ਰਹੀਆਂ ਨੇ, ਕਿੱਦਾਂ ਲੋਕਾਂ ਕੋਲੋਂ ਪੈਸੇ ਜਿਹੜੇ ਲੈ ਕੇ ਲੋਕੀ ਭੱਜੀ ਜਾਂਦੇ ਨੇ। ਸੋ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਇਸ ਵੀਡੀਓ ਨੂੰ ਦੇਖੋਗੇ, ਵੱਧ ਤੋਂ ਵੱਧ ਸ਼ੇਅਰ ਕਰਿਓ, ਹਰ ਇੱਕ ਭੈਣ ਭਰਾ ਤੱਕ ਜ਼ਰੂਰ ਪਹੁੰਚਾਇਓ ਕਿ ਜੋ ਕਿ ਆਪਣੇ ਵੀਰ ਆਪਣੇ ਜਿਹੜੇ ਲੋਕਾਂ ਕੋਲੋਂ ਨਾ ਫਸ ਸਕਣ। ਸੋ ਚਲੋ, ਤੁਹਾਡਾ ਬਹੁਤਾ ਟਾਈਮ ਨਾ ਲੈਂਦੇ, ਵੀਡੀਓ ਨੂੰ ਕਰਦੇ ਸਟਾਰਟ। ਜਿੱਦਾਂ ਕਿ ਯਾਰਾ, ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਵਾਂ, ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਵੀਰ ਭਰਾ ਬਹੁਤ ਜਿਹੜੇ ਕਿ ਪਰੇਸ਼ਾਨ ਹੁੰਦੇ ਨੇ ਇੰਡੀਆ ਅੰਬੈਸੀ ਦੀ PCC ਵਾਸਤੇ, ਠੀਕ ਹੈ ਜੀ। ਉਹ ਕਿਸੇ ਵੀ ਹੱਦ ਤੱਕ ਜਾਂਦੇ ਨੇ, ਜੇ ਕੋਈ 200 ਯੂਰੋ ਮੰਗਦਾ ਉਹਨੂੰ 200 ਦੇਈ ਜਾਂਦੇ ਨੇ, ਕੋਈ 250 ਮੰਗਦਾ 250 ਦੇਈ ਜਾਂਦੇ ਨੇ। ਹੁਣ ਹੋਣ ਕੀ ਦਿਆ ਵੈ, ਇਹਦੇ ਕਰਕੇ ਜਿਹੜੇ ਆਪਣੇ ਵੀਰ ਭਰਾ ਵੈ, ਕਈ ਆਪਣੇ ਵੀਰ ਭਰਾ ਗਲਤ ਬੰਦਿਆਂ ਕੋਲ ਵੀ ਫਸੀ ਜਾਂਦੇ ਆ, ਗਰੁੱਪਾਂ ਦੇ ਵਿੱਚੋਂ ਨੰਬਰ ਲੈਣ ਦੇ, ਵਟਸਐਪ ਦੇ ਵਿੱਚੋਂ ਤੁਹਾਨੂੰ ਵਟਸਐਪ ਦੇ ਉੱਤੇ ਨੰਬਰ ਆਉਂਦਾ ਕਿ ਹਾਂਜੀ ਭਾਅ ਜੀ ਇਹਦੇ ਨਾਲ ਕਨੈਕਟ ਕਰ ਲਓ, ਨਾ ਤੁਸੀਂ ਜਾਣਦੇ ਹੋ ਉਹਨੂੰ, ਨਾ ਤੁਸੀਂ ਪਹਿਚਾਣਦੇ ਹੋ ਉਹਨੂੰ, ਕਨੈਕਟ ਕਰ ਲਓ ਕਿ ਇਹ ਭਾਅ ਜੀ ਤੁਹਾਨੂੰ ਨੈਸ਼ਨਲ ਉਹ ਇਹ ਤੁਹਾਨੂੰ ਜਿਹੜਾ ਕਿ ਆਪਣੀ PCC ਦਵਾ ਦੂਗਾ ਇੰਡੀਆ ਦੀ, ਇਹ ਤੁਹਾਨੂੰ ਇੱਦਾਂ ਕਰ ਦੂਗਾ ਉੱਦਾਂ ਕਰ ਦੂਗਾ। ਤੁਸੀਂ ਕੀ ਕਰਦੇ ਹੋ, ਨਾ ਤੁਸੀਂ ਜਾਣਦੇ ਨਾ ਪਹਿਚਾਣਦੇ ਨਾ ਕਿੱਥੇ ਦਾ ਬੰਦਾ ਨਹੀਂ ਹੈ, ਚੱਕ ਕੇ ਉਹਨੂੰ 100 100 200 200 ਯੂਰੋ ਸੈਂਡ ਕਰ ਦੇਣਗੇ, ਭਾਅ ਜੀ ਸਾਡੀ PCC ਨਾ ਰਹਿ ਜੇ, ਭਾਅ ਜੀ ਸਾਡਾ ਇਹ ਨਾ ਹੋ ਜੇ। ਫਿਰ ਉਸ ਤੋਂ ਬਾਅਦ ਤੁਸੀਂ ਫਿਰ ਆਣ ਕੇ ਫਿਰ ਚੀਕਾਂ ਮਾਰਦੇ ਕਿ ਸਾਡਾ ਕੋਈ 200 ਲੈ ਗਿਆ, ਕੋਈ 300 ਲੈ ਗਿਆ, ਕੋਈ 400 ਲੈ ਗਿਆ। ਵੇਖੋ ਵੀਰ ਮੇਰੇ, ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਦਾ, ਇੱਥੇ ਪੁਰਤਗਾਲ ਦੇ ਵਿੱਚ ਬਾਗੜ ਬਿੱਲੇ ਬਹੁਤ ਬੈਠੇ ਹੋਏ ਨੇ, ਠੀਕ ਹੈ ਨਾ। ਪੁਰਤਗਾਲ ਦੇ ਵਿੱਚ ਪੈਸੇ ਦੇਣੇ ਸੌਖੇ ਨੇ, ਪਰ ਕਿਸੇ ਕੋਲੋਂ ਕਢਵਾਉਣੇ ਬਹੁਤ ਔਖੇ ਨੇ। ਸੋ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਉਹ, ਜੇ ਤੁਹਾਨੂੰ ਕੋਈ ਗਰੁੱਪ 'ਚ ਨੰਬਰ ਮਿਲਦਾ ਜਾਂ ਤੁਹਾਡਾ ਯਾਰ ਬੇਲੀ ਤੁਹਾਨੂੰ ਦਿੰਦਾ, ਤੁਸੀਂ ਉਹਨਾਂ ਕਨਫਰਮ ਕਰੋ ਕਿ ਤੂੰ ਇਸ ਚੀਜ਼ ਦੀ ਗਰੰਟੀ ਲੈਂਦਾ ਆ ਕਿ ਜੇ ਤੂੰ ਬਣਾਈ ਹੈ ਇਹਦੇ ਕੋਲੋਂ ਜਾਂ ਕਿੱਦਾਂ ਆ ਕਿੱਦਾਂ ਨਹੀਂ ਆ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਵਾਂ ਵੀਰ ਮੇਰੇ, PCC ਜੇ ਤੁਸੀਂ ਇੱਥੋਂ ਵੀ ਬਣਵਾਉਂਦੇ ਹੋ ਫਿਰ ਤੁਹਾਨੂੰ ਇੰਡੀਆ ਭੇਜਣੀ ਪੈਂਦੀ ਹੈ, ਇੰਡੀਆ ਤੋਂ ਸਟੰਪ ਲੱਗ ਕੇ ਜਦੋਂ ਆਉਂਦੀ ਹੈ ਉਸ ਤੋਂ ਬਾਅਦ ਜਿਹੜੀ ਕਿ ਅਪਰੂਵਲ ਇਹ ਮਿਲਦੀ ਆ। ਹੁਣ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਵਾਂ, ਜਿਹੜੇ ਆਪਣੇ ਵੀਰਾਂ ਦੇ ਨਵਿਆਂ ਦੇ ਫਿੰਗਰ ਹੋ ਰਹੇ ਆ, ਕਈਆਂ ਨੂੰ PCC ਇਹ ਮੰਗਦੇ ਵੀ ਨਹੀਂ ਪਏ, ਇੰਡੀਆ ਵਾਲੀ ਜਿਹੜੀ PCC ਜਿਹੜੀ ਚੱਲੀ ਜਾਂਦੀ ਹੈ, ਠੀਕ ਹੈ ਵੀਰ ਮੇਰੇ। ਉਹ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਗਰੁੱਪਾਂ ਦੇ ਵਿੱਚ, ਜੇ ਤੁਹਾਨੂੰ ਕੋਈ ਨੰਬਰ ਦਿੰਦਾ ਆ ਪਹਿਲਾਂ ਉਹਦੇ ਵੇਰੀਫਿਕੇਸ਼ਨ ਕਰੋ, ਜਾਂ ਤੁਹਾਨੂੰ ਫੇਸਬੁੱਕ 'ਤੇ ਕੋਈ ਮੈਸੇਜ ਕਰਦਾ ਆ ਕਿ ਅਸੀਂ ਤੁਹਾਨੂੰ PCC ਦੀ ਦਵਾ ਦਿੰਦੇ ਹਾਂ, ਅੱਜ ਕੱਲ੍ਹ ਕੋਈ ਨਹੀਂ ਹੈਗਾ, ਆਪ ਖੁਦ ਵੀ ਦੇਖਿਆ ਕਰੋ, ਜੇ ਤੁਹਾਨੂੰ ਨਹੀਂ ਮਿਲ ਸਕਦੀ ਕੋਈ ਤੁਹਾਨੂੰ ਤੀਜਾ ਬੰਦਾ ਕਿੱਦਾਂ ਦਵਾ ਦੂਗਾ। ਅੱਗੇ ਗੱਲ ਕਰ ਲੈਂਦੇ ਜੂਨਤੇ ਦੀ, ਹੁਣ ਜੂਨਤਾ ਵੀ ਆਪਾਂ ਨੂੰ ਦੇਖਿਓ, ਕਦੀ ਵੀ ਦੇਖ ਲਿਓ ਗਰੁੱਪਾਂ ਦੇ ਵਿੱਚ ਲੋਕਾਂ ਨੇ ਮੈਸੇਜ ਮਾਰੇ ਹੁੰਦੇ, NSI ਫਾਈਨਾਂਸ ਬਣਾ ਲਓ, ਸਕੋਰੋ ਬਣਾ ਲਓ, ਸਾਡੇ ਕੋਲ ਜੂਨਤਾ ਬਣਵਾ ਲਓ, ਸਾਡੇ ਕੋਲ ਇੰਨੇ ਪੈਸੇ ਇੰਨੇ ਪੈਸੇ, ਕਦੀ ਵੀ ਕਿਸੇ 'ਤੇ ਯਕੀਨ ਨਾ ਕਰੋ। ਪੁਰਤਗਾਲ ਦੇ ਵਿੱਚ ਬਹੁਤ ਲੋਕ ਠੱਗ ਤੋਂ ਠੱਗ ਬੈਠਾ ਪਿਆ ਵੈ, ਜਿਹੜਾ ਸਿਰਫ ਇਹੀ ਸੋਚਣਾ ਕਿ ਬੰਦਾ ਆਵੇ ਤਾਂ ਕਦੋਂ ਬੜੁਕੀਏ। ਸੋ ਵੀਰ ਮੇਰੇ, ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ, ਤੁਸੀਂ ਖੁਦ ਵੇਰੀਫਿਕੇਸ਼ਨ ਕਰੋ, ਖੁਦ ਕਰਵਾਓ, ਜਾਂ ਤੁਹਾਡੇ ਯਾਰ ਬੇਲੀ ਨੇ ਜਾਂ ਕਿਸੇ ਨੇ ਕੋਈ ਕੀਤਾ ਹੋਇਆ ਉਹਦੇ ਨਾਲ ਕਨਫਰਮ ਕਰੋ ਕਿ ਤੂੰ ਜ਼ਿੰਮੇਵਾਰੀ ਚੁੱਕਦਾ ਆ ਇਸ ਚੀਜ਼ ਦੀ, ਫਿਰ ਕਿਸੇ ਨੂੰ ਜਿਹੜੇ ਕਿ ਪੈਸੇ ਦਿਓ। ਪੈਸੇ ਬਹੁਤ ਔਖੇ ਬਣਦੇ ਆ ਪੁਰਤਗਾਲ ਦੇ ਵਿੱਚ, ਠੀਕ ਹੈ ਨਾ। ਕਈ ਵੀਰ ਹੁਣ PCC ਇੰਡੀਆ ਵਾਲੀ ਜਿਹੜੀ ਇੰਡੀਆ ਤੋਂ ਬਣਵਾ ਕੇ ਲਿਆਉਂਦੇ ਉਹੀ ਚਲਾਈ ਜਾਂਦੇ ਆ, ਤੁਸੀਂ ਸਿਰਫ ਇੱਕ ਹਵਾ ਜਿਹੜੀ ਚੱਲੀ ਹੋਈ ਹੈ ਕਿ ਨਹੀਂ ਨਹੀਂ ਇੱਥੇ ਵਾਲੀ PCC ਵੀ ਇੱਥੇ ਵਾਲੀ ਜਿਹੜੀ ਤੁਸੀਂ ਬਣਾਉਂਦੇ ਹੋ ਉਹ ਵੀ ਜਿਹੜੀ ਕਿ ਇੰਡੀਆ ਜਾਣੀ ਆ, ਇੰਡੀਆ ਤੋਂ ਸਟੈਂਪ ਲੱਗ ਕੇ ਆਊਗੀ ਤਾਂ ਫਿਰ ਜਿਹੜੀ ਕਿ ਅਪਰੂਵਲ ਹੋਊਗੀ ਤੁਹਾਡੀ। ਸੋ ਵੀਰ ਮੇਰੇ, ਜਿੰਨੇ ਵੀ ਹੈਗੇ ਆਪਣੇ ਭੈਣ ਭਰਾ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਪੈਸਾ ਬਹੁਤ ਔਖਾ ਬਣਦਾ ਯੂਰਪ ਦੇ ਵਿੱਚ, ਠੀਕ ਹੈ ਨਾ। ਸੋ ਇੱਦਾਂ ਨਾ ਖਰਾਬ ਕਰੋ, ਲੋਕਾਂ ਦੇ ਠੱਗਾਂ ਦੇ ਘਰ ਨਾ ਭਰੋ ਤੁਸੀਂ, ਸਹੀ ਹੈ ਨਾ। ਪਹਿਲਾਂ ਇੱਕ ਇੱਕ ਮੈਂ ਹੁਣ ਗਰੁੱਪ ਦੇ ਵਿੱਚ ਵੀ ਦੇਖਿਆ ਸੀਗਾ, ਕਹਿੰਦਾ ਕਿ ਅਸੀਂ 10 ਮੁੰਡਿਆਂ ਨੇ, 10 ਦੇ ਮੁੰਡਿਆਂ ਨੇ ਪੈਸੇ ਪਾ ਦਿੱਤੇ ਤੇ ਬੰਦਾ ਲੈ ਕੇ ਭੱਜ ਗਿਆ। ਹੁਣ ਜੇ ਭੱਜ ਗਿਆ, ਜੇ ਇੱਕ ਬੰਦੇ ਨੇ ਉਹਦੇ ਵਿੱਚ ਚੈੱਕ ਕੀਤਾ ਹੁੰਦਾ ਕਿ ਸਾਡੇ ਇੱਕ ਬੰਦੇ ਨੂੰ ਮਿਲਦੀ ਹੈ,
ਫਿਰ ਦੂਜਾ ਜਿਹੜੇ ਕਿ ਪੈਸੇ ਪਾਉਂਦਾ ਤਾਂ ਪੈਸੇ ਸਾਰਿਆਂ ਦੇ ਬਚ ਜਾਂਦੇ। ਸੋ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਆ ਇਹ ਚੀਜ਼ ਨੂੰ ਜ਼ਰੂਰ ਨੋਟ ਕਰਿਓ। ਬਾਕੀ ਮਿਲਦੇ ਅਗਲੀ ਵੀਡੀਓ ਦੇ ਵਿੱਚ, ਰੱਬ ਰੱਖ ਜੀ।